ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤ ਦੇ ਨਾਲ ਅੱਜ ਮੈਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਦੇ ਸੰਬੰਧ ਵਿੱਚ ਗੱਲਬਾਤ ਕਰਨ ਜਾ ਰਿਹਾ ਹਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ, ਜਿਹਦੇ ਬਾਰੇ ਭਾਈ ਗੁਰਦਾਸ ਸਾਹਿਬ ਨੇ ਆਪਣੀਆਂ ਵਾਰਾਂ ਦੇ ਵਿੱਚ ਇਹ ਗੱਲ ਲਿਖੀ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਮਹਾਰਾਜ ਨੇ ਇੱਕ ਨਿਰਮਲ ਪੰਥ ਦੀ ਨੀਂਹ ਰੱਖੀ ਅਤੇ ਇਸੇ ਨੀਂਹ ਨੂੰ ਹੋਰ ਮਜ਼ਬੂਤ ਬਾਕੀ ਗੁਰੂ ਸਾਹਿਬ ਨੇ ਆਪਣਾ ਯੋਗਦਾਨ ਪਾ ਕੇ ਕੀਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜੀ ਵਿਚਾਰ ਸਮਾਜ ਨੂੰ ਦਿੱਤੀ, ਉਸੇ ਵਿਚਾਰ ਨੂੰ ਅੱਗੇ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਸਾਹਿਬ ਅਤੇ ਬਾਕੀ ਗੁਰੂਆਂ ਨੇ ਪ੍ਰਚਾਰਿਆ। ਇਸ ਵਿਚਾਰਧਾਰਾ ਨੂੰ ਪ੍ਰਚਾਰਨ ਲਈ ਗੁਰੂ ਸਾਹਿਬ ਨੂੰ ਅਨੇਕਾਂ ਕਸ਼ਟ ਵੀ ਸਹਿਣੇ ਪਏ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੋਕਾਂ ਦੇ ਤਾਨੇ ਮਿਹਣਿਆਂ ਦਾ ਸ਼ਿਕਾਰ ਵੀ ਹੋਣਾ ਪਿਆ। ਬਹੁਤ ਸਾਰੇ ਲੋਕ ਐਸੇ ਸੀ ਜਿਨ੍ਹਾਂ ਨੇ ਇਸ ਵਿਚਾਰ ਨੂੰ ਪ੍ਰਵਾਨ ਨਾ ਕੀਤਾ ਅਤੇ ਗੁਰੂ ਸਾਹਿਬ ਦੇ ਨਾਲ ਈਰਖਾ ਵੀ ਕੀਤੀ, ਜਿਸ ਈਰਖਾ ਦਾ ਨਤੀਜਾ ਸ਼ਹਾਦਤਾਂ ਦੇ ਰੂਪ ਵਿੱਚ ਵੀ ਸਾਡੇ ਸਾਹਮਣੇ ਆਉਂਦਾ ਹੈ, ਨਗਰਾਂ ਨੂੰ ਉਜਾੜ ਦੇਣ ਦੇ ਰੂਪ ਵਿੱਚ ਵੀ ਸਾਡੇ ਸਾਹਮਣੇ ਆਉਂਦਾ ਹੈ। ਅਤੇ ਅੱਗੇ ਜਾ ਕੇ ਇੱਕ ਲੰਮਾ ਸੰਘਰਸ਼ ਜਿਹੜਾ ਹੈ ਉਹ ਸਿੱਖਾਂ ਨੇ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ, ਗੁਰੂ ਸਾਹਿਬ ਦੀ ਵਿਚਾਰ ਨੂੰ ਬਚਾ ਕੇ ਰੱਖਣ ਦੇ ਲਈ ਕੀਤਾ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਸਿੱਖ ਪੰਥ ਦੀ ਇੱਕ ਬੜੀ ਅਹਿਮ ਸ਼ਹਾਦਤ ਹੈ, ਜਿਹਦੇ ਬਾਰੇ ਅੱਜ ਮੈਂ ਆਪ ਜੀ ਦੇ ਨਾਲ ਕੁਝ ਕੁ ਸਮੇਂ ਲਈ ਗੱਲਬਾਤ ਕਰਨੀ ਹੈ। ਭਾਵੇਂ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਦੇ ਸਮੇਂ ਜਦੋਂ ਗੁਰਪੁਰਬ ਆਉਂਦਾ ਹੈ, ਸਾਡੇ ਰਾਗੀ ਸਿੰਘ ਢਾਡੀ ਪ੍ਰਚਾਰਕ ਉਹਨਾਂ ਦੀ ਸ਼ਹਾਦਤ ਬਾਰੇ ਸੰਗਤ ਨੂੰ ਦੱਸਦੇ ਹਨ ਅਤੇ ਇੱਕ ਸ਼ਹੀਦੀ ਦਾ ਕਾਰਨ ਬੜਾ ਜ਼ੋਰ ਦੇ ਕੇ ਸੁਣਾਇਆ ਜਾਂਦਾ ਹੈ, ਜਿਵੇਂ ਇਹੋ ਇੱਕੋ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਕਾਰਨ ਹੋਵੇ। ਪਰ ਜੇ ਉਹਦੀ ਆਪਾਂ ਵਿਚਾਰ ਕਰਕੇ ਵੇਖੀਏ, ਉਹਦੀ ਪੜਚੋਲ ਕਰਕੇ ਵੇਖੀਏ ਤਾਂ ਉਹ ਇੱਕ ਘਰੇਲੂ ਲੜਾਈ ਬਣ ਕੇ ਰਹਿ ਜਾਂਦੀ ਹੈ। ਮੈਂ ਗੱਲ ਕਰ ਰਿਹਾ ਹਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਨਾਲ ਸ਼ਹੀਦੀ ਦੇ ਕਾਰਨ ਵਿੱਚ ਜਿਹੜਾ ਮੁੱਖ ਕਾਰਨ ਬਣਾ ਕੇ ਸਾਡੇ ਸਾਹਮਣੇ ਰੱਖਿਆ ਜਾਂਦਾ ਹੈ ਉਹ ਚੰਦੂ, ਜਿਹਦੇ ਬਾਰੇ ਇਹ ਆਖਿਆ ਜਾਂਦਾ ਹੈ ਕਿ ਚੰਦੂ ਨੇ ਆਪਣੀ ਧੀ ਦਾ ਰਿਸ਼ਤਾ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਲਈ ਭੇਜਿਆ। ਭਾਵੇਂ ਕਿ ਇਹ ਵੀ ਗੱਲ ਆਖੀ ਜਾਂਦੀ ਹੈ ਕਿ ਉਹ ਰਿਸ਼ਤਾ ਸਾਡੇ ਸਰੋਤਾਂ ਦੇ ਵਿੱਚ ਗੱਲ ਲਿਖੀ ਮਿਲਦੀ ਹੈ, ਕਿਉਂਕਿ ਆਪਸ ਵਿੱਚ ਵੀ ਇਹ ਗੱਲ ਕੋਈ ਕਲੀਅਰ ਨਹੀਂ, ਕਿਉਂਕਿ ਸਰੋਤ ਇਹ ਵੀ ਦੱਸਦੇ ਨੇ ਕਿ ਇਹ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਲਈ ਭੇਜਿਆ, ਇਹ ਵੀ ਕਹਿੰਦੇ ਨੇ ਕਿ ਇਹ ਰਿਸ਼ਤਾ ਗੁਰੂ ਅਰਜਨ ਸਾਹਿਬ ਦੇ ਲਈ ਆਇਆ। ਸੋ ਖੈਰ, ਮੁੱਖ ਦੀ ਗੱਲ ਇਹ ਹੈ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਚੰਦੂ ਨੇ ਕੁਝ ਆਪ ਸ਼ਬਦ ਬੋਲੇ ਅਤੇ ਜਦੋਂ ਰਿਸ਼ਤੇ ਤੋਂ ਇਨਕਾਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੀਤਾ ਤਾਂ ਉਹ ਈਰਖਾ ਦੇ ਵਿੱਚ ਆ ਗਿਆ ਅਤੇ ਅਖੀਰ ਇਹਦਾ ਸਿੱਟਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨਿਕਲਿਆ। ਇੱਥੇ ਮੈਂ ਇੱਕ ਆਪ ਜੀ ਦੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ ਵੀ ਕਿ ਆਪਾਂ ਵੇਖਦੇ ਹਾਂ ਵੀ ਕਈ ਵਾਰ ਪਰਿਵਾਰਾਂ ਦੇ ਵਿੱਚ ਰਿਸ਼ਤੇ ਟੁੱਟ ਜਾਂਦੇ ਨੇ, ਪਰਿਵਾਰਾਂ ਦੇ ਘਰੇਲੂ ਝਗੜੇ ਹੁੰਦੇ ਨੇ, ਬਥੇਰਾ ਪਿੰਡਾਂ ਦੇ ਵਿੱਚ ਜ਼ਮੀਨਾਂ ਜਾਇਦਾਦਾਂ ਦਾ ਝਗੜਾ ਰੌਲਾ ਪੈਂਦਾ ਹੈ, ਬੀਬੀਆਂ ਬੱਚਿਆਂ ਦਾ ਰੌਲਾ ਪੈਂਦਾ ਹੈ। ਪਰ ਕਦੀ ਵੀ ਇੱਦਾਂ ਨਹੀਂ ਹੁੰਦਾ ਕਿ ਉਸ ਘਰੇਲੂ ਝਗੜੇ ਨੂੰ ਕੋਈ ਕੌਮੀ ਸ਼ਹਾਦਤ ਐਲਾਨਿਆ ਜਾਵੇ, ਐਸਾ ਕਦੀ ਵੀ ਨਹੀਂ ਹੁੰਦਾ। ਸਾਡੇ ਪਰਿਵਾਰਾਂ ਦੇ ਵਿੱਚ ਜੇ ਮੇਰਾ ਆਪਣੇ ਰਿਸ਼ਤੇਦਾਰਾਂ, ਸਾਖ ਸੰਬੰਧੀਆਂ, ਚਾਚੇ ਤਾਇਆਂ ਨਾਲ ਕੋਈ ਜ਼ਮੀਨ ਜਾਇਦਾਦ ਦਾ ਝਗੜਾ ਹੈ ਤਾਂ ਉਹਨੂੰ ਮੈਂ ਕੌਮੀ ਤੌਰ 'ਤੇ ਐਲਾਨ ਨਹੀਂ ਕਰ ਸਕਦਾ ਕਿ ਇਹ ਕੌਮ ਦੇ ਲਈ ਦਿੱਤੀ ਹੋਈ ਸ਼ਹਾਦਤ ਹੈ। ਅਤੇ ਹੁਣ ਸੋਚਣ ਦਾ ਵਿਸ਼ਾ ਇਹ ਹੈ ਕਿ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਨੂੰ ਇੱਕ ਚੰਦੂ ਦੀ ਇਸ ਘਟਨਾ ਦੇ ਉੱਤੇ ਲਿਆਣ ਕੇ ਖਿਲਾਰ ਦਿੰਦੇ ਹਾਂ, ਇਹਦਾ ਅਰਥ ਇਹ ਹੈ ਵੀ ਅਸੀਂ ਵੀ ਇੱਕ ਘਰੇਲੂ ਝਗੜੇ ਨੂੰ ਕੌਮ ਦੀ ਸ਼ਹਾਦਤ ਦਾ ਨਾਂ ਦੇ ਰਹੇ ਹਾਂ। ਸੋ ਲੋੜ ਹੈ ਕਿ ਅਸਲੀ ਕਾਰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹੀਦੀ ਦੇ ਜਿਹੜੇ ਨੇ ਉਹਨਾਂ ਨੂੰ ਪੜਚੋਲਣ ਲਈ ਮੈਂ ਕੁਝ ਕੁ ਕਾਰਨ ਤੁਹਾਡੇ ਨਾਲ ਸਾਂਝੇ ਕਰਾਂਗਾ।
ਜਿਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਉਹ ਹੈ ਕਿ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਉਹਨਾਂ ਨੇ ਸੰਪਾਦਨਾ ਕੀਤੀ। ਇਹ ਸਭ ਤੋਂ ਵੱਡਾ ਜੇ ਮੁੱਖ ਕਾਰਨ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਵਿੱਚ ਅਸੀਂ ਵੇਖਣਾ ਹੋਵੇ ਤਾਂ ਉਹ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਜਿਹੜੀ ਬੀੜ ਹੈ ਉਹਦੀ ਸੰਪਾਦਨਾ ਕਰਨੀ, ਕਿਉਂਕਿ ਇਹ ਬੀੜ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਸਾਹਿਬ ਨੇ ਆਪਣੀ ਬਾਣੀ ਨੂੰ ਸੰਭਾਲਿਆ, ਨਾਲ ਭੱਟਾਂ ਭਗਤਾਂ ਗੁਰਸਿੱਖਾਂ ਦੀ ਬਾਣੀ ਨੂੰ ਸੰਭਾਲਿਆ, ਜਿਹੜਾ ਉਹ ਫਲਸਫਾ ਗੁਰੂ ਸਾਹਿਬ ਨੇ ਸਾਂਭਿਆ ਜਿਹਦੇ ਨਾਲ ਇੱਕ ਸਮਾਜਿਕ ਕ੍ਰਾਂਤੀ ਆਉਂਦੀ ਹੈ, ਜਿਹਨੂੰ ਵਿਚਾਰਿਆਂ ਧਾਰਮਿਕ ਰਾਜਨੀਤਿਕ ਤੌਰ 'ਤੇ ਅਸੀਂ ਸੁਚੇਤ ਹੁੰਦੇ ਹਾਂ, ਉਹ ਜਿਹੜਾ ਵਕਤੀ ਤੌਰ 'ਤੇ ਫਲਸਫਾ ਹੈ ਜਿਹੜਾ ਸਤਿਗੁਰੂ ਮਹਾਰਾਜ ਪ੍ਰਚਾਰ ਰਹੇ ਹਨ, ਉਹਦੀ ਇੱਕ ਥਾਂ 'ਤੇ ਸੰਭਾਲ ਕਰਨੀ, ਉਹਨੂੰ ਇਕੱਠਾ ਕਰਨਾ, ਕਿਤੇ ਨਾ ਕਿਤੇ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਜਿਹੜੀ ਸ਼ਹਾਦਤ ਹੈ ਉਹਦਾ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਉਹ ਇਹ ਹੈ। ਦੂਜੀ ਗੱਲ, ਸਤਿਗੁਰੂ ਮਹਾਰਾਜ ਜਾਤ ਪਾਤ ਦੀ ਵਿਰੋਧਤਾ ਕਰਦੇ ਨੇ, ਵਕਤ ਦੇ ਜਿਹੜੇ ਬ੍ਰਾਹਮਣ ਨੇ ਉਹ ਜਾਤ ਪਾਤ ਦੇ ਵਿੱਚ ਫਸੇ ਨੇ, ਭਾਵੇਂ ਕਿ ਸਾਨੂੰ ਇਤਿਹਾਸ ਦੇ ਵਿੱਚ ਅਨੇਕਾਂ ਸਾਖੀਆਂ ਮਿਲ ਜਾਂਦੀਆਂ ਨੇ, ਚਾਹੇ ਉਹ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਨਾਲ ਸੰਬੰਧਿਤ ਹੋਣ। ਸਤਿਗੁਰੂ ਮਹਾਰਾਜ ਨੇ ਜਾਤ ਪਾਤ ਦਾ ਵਹਿਮ ਲੋਕਾਂ ਵਿੱਚੋਂ ਕੱਢਣ ਦੇ ਲਈ ਇੱਕ ਪ੍ਰੈਕਟੀਕਲ ਤੌਰ ਦੇ ਉੱਤੇ ਖੂਹ ਵੀ ਖਦਵਾਏ, ਬੌਲੀਆਂ ਲਵਾਈਆਂ, ਸਰੋਵਰ ਸਾਂਝੇ ਲੰਗਰ ਜਿਹੜੇ ਨੇ ਤਿਆਰ ਕੀਤੇ ਜਿੱਥੇ ਬੈਠ ਕੇ ਲੋਕ ਪ੍ਰਸ਼ਾਦਾ ਛਕਦੇ, ਉਹਨਾਂ ਦੇ ਮਨ ਵਿੱਚ ਜਾਤ ਪਾਤ ਦਾ ਜਿਹੜਾ ਭੇਦਭਾਵ ਹੈ ਉਹ ਮਿਟਦਾ ਖਤਮ ਹੁੰਦਾ। ਮਹਾਰਾਜ ਨੇ ਤਾਂ ਇਹ ਵੀ ਜ਼ਰੂਰੀ ਕਰ ਦਿੱਤਾ ਕਿ ਪਹਿਲੇ ਪੰਗਤ ਪਾਛਿਆ ਸੰਗਤ, ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਜਾਵੇ, ਫਿਰ ਸੰਗਤ ਵਿੱਚ ਆਣ ਕੇ ਜਿਹੜਾ ਹੈ ਉਹ ਗੁਰੂ ਦੀ ਵਿਚਾਰ ਨੂੰ ਸੁਣਿਆ ਜਾਵੇ। ਸੋ ਜਦੋਂ ਏਡੀ ਵੱਡੀ ਸੱਟ ਬ੍ਰਾਹਮਣ ਦੀ ਬਣਾਈ ਹੋਈ ਥਿਊਰੀ ਦੇ ਉੱਤੇ ਗੁਰੂ ਸਾਹਿਬ ਨੇ ਮਾਰੀ, ਕਿਉਂਕਿ ਉਹ ਤਾਂ ਇਹ ਸਮਝਦਾ ਸੀ ਕਿ ਇੱਕ ਆਮ ਜਿਹੜਾ ਸ਼ੂਦਰ ਜਿਹਨੂੰ ਗਰਦਾਨਿਆ ਗਿਆ, ਜਿਹੜਾ ਇੱਕ ਨੀਵੀਂ ਜਾਤ ਵਾਲਾ ਹੈ, ਜੇ ਪਰਛਾਵਾਂ ਵੀ ਉਹਦਾ ਸਾਡੇ ਉੱਤੇ ਪੈ ਗਿਆ ਤਾਂ ਅਸੀਂ ਪਿੱਟੇ ਜਾਵਾਂਗੇ, ਉਹ ਕਿਵੇਂ ਜਰ ਸਕਦਾ ਸੀ ਕਿ ਇੱਕ ਪੰਗਤ ਦੇ ਵਿੱਚ ਸਾਰੇ ਜਾਣੇ ਬੈਠੇ ਨੇ, ਉੱਥੇ ਬਾਦਸ਼ਾਹ ਵੀ ਬੈਠਾ ਹੈ, ਉੱਥੇ ਭਿਖਾਰੀ ਵੀ ਬੈਠਾ ਹੈ, ਉੱਥੇ ਦਿਹਾੜੀ ਕਰਨ ਵਾਲਾ ਵੀ ਬੈਠਾ ਹੈ, ਅਤੇ ਜਿਹਦੇ ਘਰੇ ਦਿਹਾੜੀ ਕੀਤੀ ਜਾ ਰਹੀ ਉਹ ਵੀ ਬੈਠਾ ਹੈ। ਸਤਿਗੁਰੂ ਮਹਾਰਾਜ ਸਾਂਝਾ ਉਪਦੇਸ਼, ਸਾਂਝੇ ਲੰਗਰ ਜਿਹੜੇ ਚਲਾ ਰਹੇ ਨੇ, ਬੌਲੀਆਂ ਜਿਹੜੀਆਂ ਖੁਦਵਾ ਰਹੇ ਨੇ, ਸਰੋਵਰ ਆਦਿਕ, ਜਿਹੜਾ ਇਹ ਕਾਰਜ ਸਤਿਗੁਰੂ ਸੱਚੇ ਪਾਤਸ਼ਾਹ ਦਾ ਘਰ ਬ੍ਰਾਹਮਣ ਦੀ ਇਸ ਵਰਨ ਵੰਡ ਅਤੇ ਮਨੂ ਸਿਮਰਤੀ ਦੀ ਵਰਨ ਵੰਡ ਦੇ ਖਿਲਾਫ ਕਰ ਰਿਹਾ ਹੈ, ਇਹ ਵੈਰੀਆਂ ਨੂੰ, ਬ੍ਰਾਹਮਣਾਂ ਨੂੰ ਇਹ ਗੱਲ ਚੰਗੀ ਨਾ ਲੱਗੀ ਅਤੇ ਉਹਨਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਬਾਦਸ਼ਾਹ ਦੇ ਦਰਬਾਰਾਂ ਵਿੱਚ ਕੀਤੀਆਂ, ਭਾਵੇਂ ਕਿ ਅਕਬਰ ਦਾ ਸਮਾਂ ਸੀ ਉਦੋਂ ਵੀ ਸ਼ਿਕਾਇਤਾਂ ਪੁੱਜੀਆਂ ਰਹੀਆਂ। ਅਸੀਂ ਇਤਿਹਾਸ ਨੂੰ ਜਦੋਂ ਪੜ੍ਹਦੇ ਹਾਂ ਤਾਂ ਇਹ ਗੱਲਾਂ ਸਾਫ਼ ਹੋ ਜਾਂਦੀਆਂ ਨੇ ਕਿ ਮਹਾਰਾਜ ਨੇ ਉਹਨਾਂ ਸ਼ਿਕਾਇਤਾਂ ਦੀ ਨਿਵਿਰਤੀ ਲਈ ਭਾਈ ਜੇਠਾ, ਜਿਨ੍ਹਾਂ ਨੂੰ ਚੌਥੇ ਨਾਨਕ ਅਸੀਂ ਗੁਰੂ ਰਾਮਦਾਸ ਸਾਹਿਬ ਕਹਿੰਦੇ, ਉਹਨਾਂ ਨੂੰ ਵੀ ਭੇਜਿਆ। ਉਸ ਤੋਂ ਬਾਅਦ ਜਹਾਂਗੀਰ ਜਿਹੜਾ ਹੈ ਉਹ ਤਖ਼ਤ ਦੇ ਉੱਤੇ ਬੈਠਾ ਅਤੇ ਉਹਨੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪ੍ਰਥਾਏ ਜਿਹੜੀਆਂ ਸ਼ਿਕਾਇਤਾਂ ਬ੍ਰਾਹਮਣ ਲੈ ਕੇ ਆਉਂਦੇ ਸੀ ਉਹਨੂੰ ਵੀ ਸੁਣਿਆ। ਹੁਣ ਇਹ ਹੈ ਦੂਜਾ ਕਾਰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਦਾ, ਕਿਉਂਕਿ ਜਾਤ ਪਾਤ ਦਾ ਗੁਰੂ ਘਰ ਵਿਰੋਧੀ ਹੈ ਅਤੇ ਜਾਤ ਪਾਤ ਦੇ ਖਿਲਾਫ ਸਤਿਗੁਰ ਨੇ ਜਿਹੜਾ ਇੱਕ ਬਹੁਤ ਵੱਡੀ ਲਹਿਰ ਖੜੀ ਕੀਤੀ ਉਹ ਲਹਿਰ ਵਕਤ ਦੇ ਬ੍ਰਾਹਮਣਾਂ ਨੂੰ ਚੰਗੀ ਨਾ ਲੱਗੀ। ਤੀਜਾ ਕਾਰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਦਾ ਹੈ, ਸ਼ੇਖ ਅਹਿਮਦ ਸਰਹੰਦੀ ਜਿਹੜਾ ਕਿ ਸਰਹੰਦ ਦਾ ਰਹਿਣ ਵਾਲਾ ਸੀ, ਜਿਹਦੇ ਬਾਰੇ ਆਖਿਆ ਜਾਂਦਾ ਹੈ ਕਿ ਉਹਨੇ ਆਪਣੇ ਆਪ ਨੂੰ ਮੁਅੱਜ਼ਦ ਅਲਫ ਸਾਨੀ ਕਿਹਾ ਕਿ ਹਜ਼ਰਤ ਮੁਹੰਮਦ ਸਾਹਿਬ ਤੋਂ ਬਾਅਦ ਜੇ ਕੋਈ ਦੂਜਾ ਪੈਗੰਬਰ ਹੈ ਇਸਲਾਮ ਦਾ ਤਾਂ ਉਹ ਮੈਂ ਹਾਂ, ਅਤੇ ਆਪਣੇ ਆਪ ਨੂੰ ਇਸਲਾਮ ਦਾ ਰਖਵਾਲਾ ਘੋਸ਼ਿਤ ਕੀਤਾ। ਇਹ ਉਹ ਸ਼ੇਖ ਅਹਿਮਦ ਸਰਹੰਦੀ ਹੈ ਜਿਹਨੇ ਇੱਕ ਸਿਲਸਿਲਾ ਜਿਹੜਾ ਜਿਵੇਂ ਇੱਕ ਸਾਈਂ ਮੀਆਂ ਮੀਰ ਹੋਣਾ ਦਾ ਸਿਲਸਿਲਾ ਹੈ ਜਿਹਨੂੰ ਆਖਿਆ ਜਾਂਦਾ ਹੈ ਚਿਸ਼ਤੀ ਜਾਂ ਹੋਰ ਜਿਹੜੇ ਸੂਫੀ ਫਕੀਰ ਨੇ, ਸ਼ੇਖ ਅਹਿਮਦ ਸਰਹੰਦੀ ਜਿਹੜਾ ਹੈ ਉਹਨੇ ਆਪਣੇ ਆਪ ਨੂੰ ਐਲਾਨ ਕੀਤਾ ਕਿ ਉਹ ਇਸਲਾਮ ਦਾ ਰਖਵਾਲਾ ਹੈ ਅਤੇ ਆਪਣੇ ਆਪ ਨੂੰ ਮੁਅੱਜ਼ਦ ਅਲਫ ਸਾਨੀ ਦਾ ਖਿਤਾਬ ਦਿੱਤਾ ਕਿ ਹਜ਼ਰਤ ਮੁਹੰਮਦ ਸਾਹਿਬ ਤੋਂ ਬਾਅਦ
ਮੈਂ ਉਹ ਦੂਜਾ ਪੈਗੰਬਰ ਹਾਂ ਜਿਹੜਾ ਇਸਲਾਮ ਦੀ ਰੱਖਿਆ ਕਰਾਂਗਾ। ਅਤੇ ਇਹਨਾਂ ਦੀ ਵਿਚਾਰ, ਸ਼ੇਖ ਅਹਿਮਦ ਸਰੰਦੀ ਜਿਹੜਾ ਇੱਕ ਕੱਟੜ ਜਨੂੰਨੀ ਮੁਸਲਮਾਨ ਸੀ, ਇਹਦੀ ਵਿਚਾਰ ਇਹ ਸੀ, ਨਕਸ਼ਬੰਦੀ ਸਿਲਸਿਲਾ ਜਿਹੜਾ ਕਿ ਇਰਾਨ ਤੋਂ ਆਇਆ ਅਤੇ ਜਿਹਨੂੰ ਬਾਕੀ ਬਿੱਲਾ ਭਾਰਤ ਦੇ ਵਿੱਚ ਲੈ ਕੇ ਆਇਆ, ਉਹ ਤੋਂ ਇਹ ਪ੍ਰਭਾਵਿਤ ਸੀ। ਜਿਹੜਾ ਲਾਹੌਰ ਦਾ ਨਾਜ਼ਮ ਜਿਹਨੂੰ ਸ਼ੇਖ ਫਰੀਦ ਬੁਖਾਰੀ ਮੁਰਤਜ਼ਾ ਖਾਨ ਕਿਹਾ ਜਾਂਦਾ ਹੈ, ਇਹ ਸਾਰੇ ਇਸ ਸਿਲਸਿਲੇ ਤੋਂ ਪ੍ਰਭਾਵਿਤ ਸੀ। ਅਤੇ ਵਿਚਾਰ ਇਹਨਾਂ ਦੀ ਇਹ ਸੀ ਕਿ ਕਿਸੇ ਨੂੰ ਜਦੋਂ ਤੁਹਾਡਾ ਰਾਜ ਆਉਂਦਾ ਹੈ, ਰਾਜ ਸਤਾ ਆਉਂਦੀ ਹੈ, ਜਦੋਂ ਤੁਸੀਂ ਪੋਲੀਟੀਕਲ ਪਾਵਰ ਦੇ ਵਿੱਚ ਆਉਂਦੇ ਜੋ, ਅਤੇ ਸਾਹਮਣੇ ਵਾਲੇ ਨੂੰ, ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੈ, ਉਹਨੂੰ ਦਬਾ ਕੇ, ਉਹਨੂੰ ਕੁੱਟ ਮਾਰ ਕੇ, ਉਹਨੂੰ ਸਜ਼ਾ ਦੇ ਕੇ ਵੀ ਤੁਹਾਨੂੰ ਲੋਕਾਂ ਨੂੰ ਜੇ ਮੁਸਲਮਾਨ ਬਣਾਉਣਾ ਪੈਂਦਾ ਹੈ, ਆਪਣੇ ਸਿਲਸਿਲੇ ਦੇ ਵਿੱਚ ਲੈ ਕੇ ਆਉਣਾ ਪੈਂਦਾ ਹੈ, ਤਾਂ ਤੁਸੀਂ ਲੈ ਆਓ। ਸੋ ਸ਼ੇਖ ਅਹਿਮਦ ਸਰੰਦੀ ਜਿਹੜਾ ਸਰਹੰਦ ਦਾ ਰਹਿਣ ਵਾਲਾ ਸੀ, ਇਹਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਖਿਲਾਫ ਬਹੁਤ ਜ਼ਹਿਰ ਉਗਲਿਆ, ਅਤੇ ਇਹਨਾਂ ਦੀ ਬਦੌਲਤ ਹੀ, ਕਿਉਂਕਿ ਜਹਾਂਗੀਰ ਜਿਹੜਾ ਸੀ ਉਹ ਤਖ਼ਤ ਦੇ ਉੱਤੇ ਬੈਠਾ ਸੀ, ਭਾਵੇਂ ਕਿ ਇਹ ਸਿਲਸਿਲਾ ਜਿਹੜਾ ਸੀ ਬੜਾ ਛੋਟਾ ਸੀ ਗਿਣਤੀ ਦੇ ਵਿੱਚ, ਪਰ ਇਹਨਾਂ ਦਾ ਪ੍ਰਭਾਵ ਜਿਹੜਾ ਸੀ ਉਹ ਸ਼ਾਹੀ ਖਾਨਦਾਨ ਦੇ ਵਿੱਚ ਜਹਾਂਗੀਰ ਦੇ ਉੱਤੇ ਬਹੁਤ ਪਿਆ। ਸੋ ਇਹਨਾਂ ਦੀ ਮਦਦ ਕਰਕੇ ਜਹਾਂਗੀਰ ਤਖ਼ਤ ਦੇ ਉੱਤੇ ਬੈਠਾ, ਅਤੇ ਇਹਨਾਂ ਨੇ ਇੱਕ ਵਾਅਦਾ ਉਹਦੇ ਕੋਲੋਂ ਲਿਆ ਸੀ ਕਿ ਜਦੋਂ ਤੇਰਾ ਰਾਜ ਆਵੇਗਾ, ਜਦੋਂ ਤੂੰ ਤਖ਼ਤ ਦੇ ਉੱਤੇ ਬੈਠੇਗਾ, ਜਦੋਂ ਤੂੰ ਤਖ਼ਤ ਦਾ ਵਾਰਸ ਬਣੇਗਾ, ਅਤੇ ਜਿੱਦਾਂ ਅਸੀਂ ਕਹਾਂਗੇ ਤੈਨੂੰ ਉਹਦੇ ਮੁਤਾਬਕ ਇਸਲਾਮ ਲਈ ਕੰਮ ਕਰਨਾ ਪਵੇਗਾ। ਸੋ ਸ਼ੇਖ ਅਹਿਮਦ ਸਰੰਦੀ, ਸ਼ੇਖ ਫਰੀਦ ਬੁਖਾਰੀ ਮੁਰਤਜ਼ਾ ਖਾਨ ਜਿਹਨੂੰ ਕਿਹਾ ਜਾਂਦਾ ਹੈ, ਬਾਕੀ ਬਿੱਲਾ, ਇਹ ਇੱਕ ਬੜਾ ਵੱਡਾ ਰੋਲ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਦੇ ਵਿੱਚ ਅਦਾ ਕਰਦੇ ਨੇ। ਅਗਲਾ ਕਾਰਨ, ਜਿਹੜਾ ਜਹਾਂਗੀਰ ਆਪਣੀ ਤੁਦਕੇ ਜਹਾਂਗੀਰੀ ਦੇ ਵਿੱਚ, ਤੁਦਕੇ ਜਹਾਂਗੀਰ ਦਾ ਭਾਵ ਹੈ ਜਹਾਂਗੀਰ ਦੀ ਜਿਹੜੀ ਆਪਣੀ ਸਵੈ ਜੀਵਨੀ ਹੈ, ਉਹਦੇ ਵਿੱਚ ਉਹ ਲਿਖਦਾ ਹੈ ਵੀ ਬੜੇ ਲੰਮੇ ਸਮੇਂ ਤੋਂ ਮੈਂ ਦੇਖ ਰਿਹਾ ਸੀ ਕਿ ਇੱਕ ਝੂਠ ਦੀ ਦੁਕਾਨ ਬਿਆਸਾ ਦਰਿਆ ਦੇ ਕੰਢੇ ਦੇ ਉੱਤੇ ਚੱਲ ਰਹੀ ਹੈ। ਸੋ ਉਹ ਮੇਰੇ ਮਨ ਵਿੱਚ ਖਿਆਲ ਆ ਰਿਹਾ ਸੀ ਕਿ ਇਹਨੂੰ ਬਰਬਾਦ ਕੀਤਾ ਜਾਵੇ, ਉਹਦੇ ਕਹਿਣ ਦਾ ਜਿਹੜਾ ਭਾਵ ਹੈ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਮੈਂ ਬੜੇ ਚਿਰ ਤੋਂ ਵੇਖ ਰਿਹਾ ਸੀ, ਕਿਉਂਕਿ ਬੜੇ ਹਿੰਦੂ ਅਤੇ ਕੁਝ ਜਿਹੜੇ ਬੇਸਮਝ ਮੁਸਲਮਾਨ ਸੀ ਉਹ ਇੱਧਰ ਨੂੰ ਪ੍ਰਭਾਵਿਤ ਹੋ ਰਹੇ ਸੀ। ਇੱਥੋਂ ਇੱਕ ਇਹ ਵੀ ਅਰਥ ਨਿਕਲ ਕੇ ਸਾਡੇ ਸਾਹਮਣੇ ਆਉਂਦਾ ਹੈ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਦੁਆਰਾ ਚਲਾਈ ਹੋਈ ਸਿੱਖੀ ਲਹਿਰ ਨੂੰ ਕਿੱਡਾ ਵੱਡਾ ਇੱਕ ਬਲ ਮਿਲ ਰਿਹਾ ਸੀ, ਜਿਹਦਾ ਕਰਕੇ ਜਹਾਂਗੀਰ ਵਰਗੇ ਜਿਹੜੇ ਸੀ ਉਹਨਾਂ ਨੂੰ ਵੀ ਇਹ ਕਹਿਣਾ ਪਿਆ ਵੀ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਜਿਹੜੇ ਨੇ ਉਹ ਸਿੱਖੀ ਲਹਿਰ ਦੇ ਵਾਲੇ ਪਾਸੇ ਪ੍ਰੇਰਿਤ ਹੋ ਰਹੇ ਨੇ ਅਤੇ ਇੱਧਰ ਨੂੰ ਜਾ ਰਹੇ ਨੇ। ਸੋ ਉਹ ਆਪਣੀ ਸਵੈ ਜੀਵਨੀ ਦੇ ਵਿੱਚ ਇਹ ਕਬੂਲ ਕਰਦਾ ਹੈ ਕਿ ਗੁਰੂ ਅਰਜਨ ਸਾਹਿਬ ਦੇ ਘਰ ਦੇ ਪ੍ਰਤੀ, ਸਿੱਖੀ ਦੇ ਪ੍ਰਤੀ ਉਹਨੂੰ ਕਿੰਨੀ ਈਰਖਾ ਅਤੇ ਨਫ਼ਰਤ ਹੈ। ਸੋ ਇਹ ਸਾਰੀਆਂ ਗੱਲਾਂ ਦੇ ਚੱਲਦਿਆਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਲਾਹੌਰ ਦੀ ਧਰਤੀ ਦੇ ਉੱਤੇ ਸ਼ਹਾਦਤ ਦਾ ਜਾਮ ਪੀਣਾ ਪਿਆ, ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦੀ ਦੇਣੀ ਪਈ। ਇਹ ਸਾਰੇ ਕਾਰਨ ਨੇ ਜਿਹੜੇ ਮੁੱਖ ਕਾਰਨ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਦੇ, ਅਤੇ ਗੁਰੂ ਅਰਜਨ ਸਾਹਿਬ ਨੂੰ ਜਿਹੜੀ ਨੀਤੀ ਦੇ ਤਹਿਤ ਸ਼ਹੀਦ ਕੀਤਾ ਗਿਆ, ਜਿਹੜੀ ਨੀਤੀ, ਜਿਹੜੇ ਕਾਨੂੰਨ ਦੇ ਤਹਿਤ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਉਹਨੂੰ ਇਤਿਹਾਸਕਾਰਾਂ ਨੇ ਯਾਸ਼ਾ ਕਾਨੂੰਨ ਲਿਖਿਆ ਹੈ। ਯਾਸ਼ਾ ਜਿਹੜਾ ਹੈ ਅਸਲ ਵਿੱਚ ਜਿਹੜੇ ਮੰਗੋਲੀਆਂ ਨੇ, ਜਿਨ੍ਹਾਂ ਦੇ ਵਿੱਚੋਂ ਚੰਗੇਜ਼ ਖਾਨ ਹੋਇਆ, ਇਹਨਾਂ ਦੀ ਇੱਕ ਦੰਡਵਾਲੀ ਹੈ ਵੀ ਜਿਹੜਾ ਵੀ ਕੋਈ ਧਾਰਮਿਕ ਹਸਤੀ ਹੈ, ਕੋਈ ਰਾਜਨੀਤਿਕ ਹਸਤੀ ਹੈ ਬਹੁਤ ਵੱਡੀ ਹੋਵੇ, ਤਾਂ ਉਹਨੂੰ ਯਾਸ਼ਾ ਦੇ ਕਾਨੂੰਨ ਦੇ ਤਹਿਤ ਜਿਹੜੀ ਹੈ ਉਹ ਸਜ਼ਾ ਦਿੱਤੀ ਜਾਂਦੀ ਹੈ। ਅਤੇ ਯਾਸ਼ਾ ਦੇ ਕਾਨੂੰਨ ਵਿੱਚ ਹੁੰਦਾ ਕੀ ਹੈ ਕਿ ਜਿਹੜਾ, ਕਿਉਂਕਿ ਉਹਨਾਂ ਦੀ ਮਨੌਤ ਹੈ ਕਿ ਜਿਹਨੂੰ ਸ਼ਹੀਦ ਕੀਤਾ ਜਾ ਰਿਹਾ ਹੈ, ਜੇ ਇਹਦਾ ਖੂਨ ਧਰਤੀ ਦੇ ਉੱਤੇ ਡੁੱਲ ਗਿਆ ਤਾਂ ਇਹਦੇ ਖੂਨ ਦੇ ਕਤਰਿਆਂ ਵਿੱਚੋਂ ਹਜ਼ਾਰਾਂ ਹੋਰ ਸ਼ਹੀਦ ਪੈਦਾ ਹੋ ਸਕਦੇ ਨੇ। ਸੋ ਇਸ ਲਈ ਉਸ ਕਾਨੂੰਨ ਨੂੰ ਅਪਣਾਇਆ ਜਾਂਦਾ ਹੈ ਕਿ ਸ਼ਹੀਦੀ ਕਰਨ ਦਾ ਤਰੀਕਾ ਜਿਹੜਾ ਹੈ ਉਹ ਜਾਂ ਤਾਂ ਇਹ ਹੈ ਵੀ ਗਾਂ ਦੇ ਚੰਮ ਦੇ ਵਿੱਚ ਉਹਨੂੰ ਮੜ ਦਿੱਤਾ ਜਾਵੇ, ਜਾਂ ਤਵੀ ਦੇ ਉੱਤੇ ਉਹਨੂੰ ਬਿਠਾਇਆ ਜਾਵੇ, ਗਰਮ ਰੇਤਾ ਕਰਕੇ ਉਹਦੇ ਸਰੀਰ ਦੇ ਉੱਤੇ ਪਾਈ ਜਾਵੇ, ਉਬਲਦੇ ਪਾਣੀ ਦੇ ਵਿੱਚ ਉਹਨੂੰ ਵਾਇਆ ਜਾਵੇ। ਸੋ ਇਹ ਯਾਸ਼ਾ ਜਿਹੜੀ ਦੰਡਵਾਲੀ ਹੈ ਉਹਦਾ ਇੱਕ ਉਹਦੀ ਪ੍ਰਕਿਰਿਆ ਦੇ ਵਿੱਚ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਆਉਂਦੀਆਂ ਨੇ। ਹੁਣ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜਿਹੜੇ ਨੇ ਉਹਨਾਂ ਨੂੰ ਇਸ ਕਾਨੂੰਨ ਦੇ ਤਹਿਤ ਸ਼ਹਾਦਤ ਦਾ ਜਾਮ ਪੀਣਾ ਪਿਆ।
30 ਮਈ 1606 ਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਜਿਹੜੀ ਹੈ ਉਹ ਸ਼ਹਾਦਤ ਹੋਈ। 1663 ਬਿਕਰਮੀ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਆਪਣੀ ਵਿਚਾਰ ਦੇ ਉੱਤੇ ਦ੍ਰਿੜ ਰਹਿੰਦਿਆਂ ਹੋਇਆਂ, ਸੱਚ ਦਾ ਪੱਲਾ ਫੜਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀ ਗਏ ਅਤੇ ਸਾਨੂੰ ਇਹ ਸੁਨੇਹਾ ਦੇ ਗਏ ਕਿ ਕਿਵੇਂ ਸ਼ਾਂਤਮਈ ਰਹਿ ਕੇ ਤੁਸੀਂ ਆਪਣੇ ਜੀਵਨ ਦੇ ਨਿਸ਼ਾਨੇ ਨੂੰ ਚੁੰਮਣਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਗੁਰੂ ਅਰਜਨ ਸਾਹਿਬ ਮਹਾਰਾਜ ਦੀ ਇਸ ਸ਼ਹਾਦਤ ਤੋਂ ਅਸੀਂ ਸਾਰੇ ਜਾਣੇ ਕੁਝ ਨਾ ਕੁਝ ਸਿੱਖ ਸਕੀਏ, ਸਾਡੇ ਵੀ ਜੀਵਨ ਵਿੱਚ ਕੋਈ ਤਬਦੀਲੀ ਆ ਸਕੇ, ਕਿਉਂਕਿ ਸਾਡੇ ਗੁਰੂਆਂ ਨੇ, ਗੁਰੂ ਸਾਹਿਬ ਨੇ ਮਨੁੱਖਤਾ ਦੀ ਖਾਤਰ ਜਿਹੜੇ ਕਾਰਜ ਕੀਤੇ ਨੇ, ਮਨੁੱਖਤਾ ਦੀ ਖਾਤਰ ਜਿਹੜੇ ਕਰਮ ਕੀਤੇ ਨੇ, ਉਹਨਾਂ ਨੂੰ ਅਸੀਂ ਕਿਵੇਂ ਅੱਗੇ ਲਿਜਾਣਾ ਹੈ, ਬਿਨਾਂ ਮੌਤ ਦਾ ਖੌਫ ਸਾਡੇ ਅੰਦਰ ਹੋਵੇ, ਉਹ ਸਾਨੂੰ ਸਾਰਾ ਕੁਝ ਇਤਿਹਾਸ ਦੇ ਵਿੱਚੋਂ ਸਿੱਖਣ ਨੂੰ ਮਿਲਦਾ ਹੈ। ਸੋ ਸਤਿਗੁਰੂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਜਿਹੜੇ ਕੁਝ ਕੁ ਮੁੱਖ ਕਾਰਨ ਨੇ ਮੈਂ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ। ਗੁਰੂ ਮਹਾਰਾਜ ਦੀ ਜਿਹੜੀ ਵਿਚਾਰ ਹੈ ਉਹ ਰਾਜਨੀਤਿਕ ਲੋਕਾਂ ਨੂੰ ਵੀ ਚੰਗੀ ਨਹੀਂ ਲੱਗਦੀ, ਧਾਰਮਿਕ ਲੋਕਾਂ ਨੂੰ ਵੀ ਉਹ ਵਿਚਾਰ ਜਿਹੜੀ ਪਸੰਦ ਨਹੀਂ ਹੈ। ਅਤੇ ਅੱਜ ਵੀ ਜਦੋਂ ਆਪਾਂ ਵੇਖਦੇ ਹਾਂ, ਜਦੋਂ ਸਤਿਗੁਰੂ ਮਹਾਰਾਜ ਦੀ ਵਿਚਾਰ ਸਮਾਜ ਦੇ ਵਿੱਚ ਜਾਂਦੀ ਹੈ ਅਤੇ ਜਿਹੜੇ ਦੰਭੀ ਲੋਕ ਨੇ, ਜਿਹੜੇ ਭਾਵੇਂ ਕਿ ਉਹ ਅੱਜ ਸਾਡੇ ਵਿੱਚ ਕੇਸ ਦਾੜੀਆਂ ਵਾਲੇ ਜਾਂ ਲੰਮੇ ਚੋਲਿਆਂ ਵਾਲੇ ਹੋਣ ਜਾਂ ਕੋਈ ਸਿੱਖੀ ਬਾਣੇ ਦੇ ਵਿੱਚ ਹੋਵੇ, ਉਹਨੂੰ ਵੀ ਇਹ ਵਿਚਾਰ ਚੰਗੀ ਨਹੀਂ ਲੱਗਦੀ। ਸੋ ਇਹ ਇੱਕ ਟਕਰਾਅ ਹੈ ਜਿਹੜਾ ਸੱਚ ਦਾ ਅਤੇ ਝੂਠ ਦਾ ਸਦਾ ਚੱਲਦਾ ਆਇਆ ਹੈ। ਸੋ ਇਸ ਟਕਰਾਅ ਦੇ ਤਹਿਤ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣੇ ਸਰੀਰ ਦਾ ਠੀਕਰਾ ਜਿਹੜਾ ਹੈ ਲਾਹੌਰ ਦੀ ਧਰਤੀ 'ਤੇ ਭੰਨਿਆ। ਸੋ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਨੂੰ ਕੋਟਣ ਕੋਟ ਪ੍ਰਣਾਮ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।